ਮਾਸ਼ਾਅੱਲਾ ਮਾਸ਼ਾਅੱਲਾ, ਸੋਹਣੀਆਂ ਘੜੀਆਂ, ਸੋਹਣੀ ਮਹਿਫਲ ਅਤੇ ਸੋਹਣਾ ਦਰ, ਇਹ ਨਿਸਬਤਾਂ ਸਾਰੀਆਂ ਹੀ ਸੋਹਣੀਆਂ ਨੇ। ਅਤੇ ਤੁਸੀਂ ਸਾਰੇ ਵੀ ਜ਼ਰਾ ਸੋਹਣੇ ਅੰਦਾਜ਼ ਵਿੱਚ ਇੱਕ ਮਰਤਬਾ ਬਾਬਾ ਦੇ ਬੁਲੰਦ ਪੜ੍ਹ ਲਓ, ਸੱਲੱਲਾਹੁ ਅਲੈਕ ਯਾ ਰਸੂਲਲਾ ਵਸੱਲਮ ਅਲੈਕ ਯਾ ਹਬੀਬੱਲਾ। ਪੜ੍ਹੀਏ ਸੱਲੱਲਾਹੁ ਅਲੈਕ ਯਾ ਰਸੂਲਲਾ ਵਸੱਲਮ ਅਲੈਕ ਯਾ ਦੀ ਨਜ਼ਾਕਤ ਸਮਝਣੀ ਚਾਹੀਦੀ ਵੀ ਹੈ ਅਤੇ ਫਰਮਾਇਸ਼ਾਂ ਜਿਹੜੇ ਜਸ਼ਾਰ ਹੁਕਮ ਐਵੇਂ ਇਨਸ਼ਾਅੱਲਾ ਤਾਮੀਲ ਕਰਦੇ ਹਾਂ। ਕੋਈ ਲਾਭ ਹਮੋਸ਼ ਨਾ ਰਹੇ ਸਾਡੇ ਕੋਲ ਸਭ ਤੋਂ ਵੱਡਾ ਫਖਰ ਅਤੇ ਮਾਣ ਹੈ ਹੀ, ਇਸ ਗੱਲ 'ਤੇ ਨਾਜ਼ ਕਰਦੇ ਹਾਂ। ਸਾਰਿਆਂ ਨੇ ਵਿਰਦ ਕਰਨਾ ਹੈ, ਲਾ ਇਲਾਹਾ ਇਲਲਾਹੁ ਲਾ ਇਲਾਹਾ ਇਲਲਾ ਕਲਮਾ, ਲਾ ਇਲਾਹਾ ਇਲਲਾਹੁ ਲਾ ਇਲਾਹਾ ਇਲਲਾ ਬੋਲੋ, ਲਾ ਇਲਾਹਾ ਸ਼ਕਲ ਦਿਖਾਈ ਜਾਏਗੀ, ਤਸਦੀਕ ਕਰਾਈ ਜਾਏਗੀ, ਤਸਦੀਕ ਕਰਾਈ ਜਾਏਗੀ, ਔਰ ਬਿਗੜੀ ਵੀ ਬਣਾਈ ਜਾਏਗੀ, ਬਿਗੜੀ ਵੀ ਬਣਾਈ ਜਾਏਗੀ। ਚੁਨ ਚੁਨ ਖਾਯੋ ਮਾਸ, ਪਰ ਇਹ ਦੋਨੇ ਨਾ ਮਤ ਖਾਯੋ, ਮੋਹ ਪਿਆ ਮਿਲਨ ਕੀ ਆਸ, ਇੱਕ ਸ਼ਕਲ ਦਿਖਾਈ ਜਾਏਗੀ, ਤਸਦੀਕ ਕਰਾ ਬਿਗੜੀ ਵੀ ਬਣਾਈ ਜਾਏਗੀ। ਬਾਬਾ ਗੁਲਾਮ ਫਰੀਦ ਜੰਗਲ ਚ ਲੇਟਣ ਤੇ ਕੱਬੇ ਨੇ ਆ ਕੇ ਚੂਨ ਮਾਰੀ ਕਿ ਸ਼ਾਇਦ ਕੋਈ ਫੋਜ ਛੂਦਾ, ਉਸ ਕੱਬੇ ਨੂੰ ਮੁਹਾਤਵ ਹੋ ਗਿਆ, ਫਰਮਾਨ ਚੁਨ ਚੁਨ ਖਾਯੋ ਮਾਸ, ਪਰ ਇਹ ਦੋਨੇ ਨਾ ਮਤ ਖਾਯੋ, ਮੋਹ ਪਿਆ ਮਿਲਨ ਕੀ ਆਸ, ਇੱਕ ਸ਼ਕਲ ਦਿਖਾਈ ਜਾਏਗੀ, ਤਸਦੀਕ ਕਰਾਈ ਜਾਏਗੀ, ਔਰ ਬਿਗੜੀ ਵੀ ਬਣਾਈ ਜਾਏਗੀ। ਪੜੀਏ ਲਾ ਇਲਾਹਾ ਇਲਲਾ ਹੋ, ਲਾ ਇਲਾਹਾ ਇਲਲਾ ਹਕ, ਲਾ ਇਲਾਹਾ ਇਲਲਾ ਇਲਲਾ ਇਲਲਾ। ਮੁਹੱਬਤ ਨਾਲ ਆਖੋ ਸੁਭਾਨ ਅੱਲਾ,
شعر سنیا جی کہ حسین پاک سے پوچھا کہ کچھ بچا حسین پاک سے پوچھا کہ کچھ بچا بھی ہے تو سر کٹا کے کہا لا الہ الا اللہ او لا الہ الا اللہ کافر بھی اپنے بچوں کا نام رکھتے نہیں یزید کافر بھی اپنے بچوں کا نام رکھتے نہیں یزید وجہ دوسرے میں سے سنیا جی کافر بھی اپنے بچوں کا نام رکھتے نہیں یزید کیوں کیونکہ شبیر نے یزید کو خالی بنا دیا لا الہ الا اللہ او لا الہ الا اللہ ضربے چوٹا کے اس دل دا کوئی چین خرید نہ سکیا دیکھ تاج تے تخت کوئی او دینا لین خرید نہ سکیا مکھڑے باجو کوئی حاکم ساڈے نین خرید نہ سکیا او سارے ٹل یزید نے لا چھوڑے پر او حسین خرید نہ سکیا لا الہ الا اللہ او لا الہ حق لا الہ الا اللہ او لا الہ الا اللہ تے بنا تیل دے دیوا بلدا نا او بنا پانیوں بو بنا مرشد کلمہ چلدا نا مکے گئیاں میں گل مکان کارن گلاں ہو رہے اوتھے جا کے رل گئیاں کیڑا ہوگ سبب جے رب لبے سوچا اٹھ مدینے دے ول گئیاں ایتھے اوتھے شفاعت تیریاں نے میں کیوں وصل دی سینج تے جل گئیاں سرور شاہ سہاگ نہ ہون کیوں نہ در پیر دا جڑیاں مل گئیاں او بنا مرشد کلمہ چل دانا پڑھیے لا الہ الا اللہ